ਪੰਜਾਬੀ ਰੇਡੀਓ 'ਚ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ 408-272-2500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ, ਕਲੋਬਸ ਸ਼ਾਨਜੀਤ ਸਿੰਘ ਕਲੋਟੀ, ਜੁਬਲ ਸਿਟੀ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬਿਕਰਸਵੇਲ ਤੋਂ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਵੈੱਜ ਨਾਨ ਵੈੱਜ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ, ਇੰਡੀਅਨ ਸਟਾਈਲ ਪੀਜ਼ਾ ਵੀ ਬਣਵਾ ਸਕਦੇ ਹੋ ਇਹਨਾਂ ਤੋਂ, ਤੁਸੀਂ ਇਹਨਾਂ ਦੀਆਂ ਸਵੀਟਸ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕਿਸੇ ਵੀ ਸ਼ਹਿਰ ਦੇ ਵਿੱਚ ਪੀਜ਼ਾ ਔਡਰ ਕਰ ਸਕਦੇ ਹੋ www.chicagopizzatwist.com 'ਤੇ। ਬਹੁਤ ਬਹੁਤ ਧੰਨਵਾਦ ਕਰਦੇ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ, ਗੱਲ ਕਰਦੇ ਹਾਂ ਕਿ ਕਾਫੀ ਪੰਜਾਬ ਬੰਦ ਰਿਹਾ, ਕਾਨੂੰਨ ਬਣੇ, SC ST ਕੋ ਕਾਨੂੰਨ ਬਣਿਆ ਸੀਗਾ, ਤੇ ਸੁਪਰੀਮ ਕੋਰਟ ਅੜ ਗਈ ਹੈ ਕਿ ਇਸ ਕਾਨੂੰਨ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਊਗੀ। ਬਿਲਕੁਲ ਜੀ, ਐਕਚੁਲੀ ਸਿਆਸਤ ਗਰਮਾਉਣ ਵਾਲਾ ਸੁਪਰੀਮ ਕੋਰਟ ਦਾ SC ST ਦਾ ਸੁਧਾਰ ਜਿਹੜਾ ਜੀ, ਉਹ ਸਰਕਾਰ ਨੇ ਪੂਰੀ ਟਿੱਲ ਲਾ ਲਈ, ਪਰ ਅਦਾਲਤ ਟਸ ਤੋਂ ਮਸ ਨਹੀਂ ਹੋਈ ਜੀ। ਔਰ ਸਰਕਾਰ ਨੇ ਸਿਰਫ ਦਲੀਲਾਂ ਦਿੰਦਿਆਂ ਉਸ ਫੈਸਲੇ ਦੇ ਉੱਤੇ ਰੋਕ ਦੀ ਮੰਗ ਕੀਤੀ, ਜਿਹਦੇ ਵਿੱਚ SC ST ਕਾਨੂੰਨ ਦੇ ਤਹਿਤ ਤੁਰੰਤ FIR ਤੇ ਗ੍ਰਿਫਤਾਰੀ ਨਹੀਂ ਹੋ ਸਕਦੀ। ਸਿੱਧੇ ਤੌਰ ਦੇ ਉੱਤੇ ਦੋਸ਼ ਲਾਉਂਦਿਆਂ ਸਰਕਾਰ ਨੇ ਇੱਥੋਂ ਤੱਕ ਕਹਿਤਾ ਕਿ ਸੁਪਰੀਮ ਕੋਰਟ ਦੇ ਫੈਸਲੇ ਕਰਕੇ ਕੁਛ ਲੋਕਾਂ ਦੀਆਂ ਜਾਨਾਂ ਵੀ ਗਈਆਂ, ਪਰ ਅਦਾਲਤ ਆਪਣੇ ਫੈਸਲੇ ਤੇ ਅੜੀ ਰਹੀ, ਤੁਰੰਤ ਦਲੀਲ ਦੇਣ ਤੋਂ ਵੀ ਨਹੀਂ ਖੁੱਝੀ। ਅਦਾਲਤ ਨੇ ਬਿਲਕੁਲ ਕਲੀਅਰ ਕਰਤਾ ਜੀ ਕਿ ਫੈਸਲਾ ਕਿਸੇ ਨੂੰ ਅਪਰਾਧ ਕਰਨ ਲਈ ਨਹੀਂ ਕਹਿੰਦਾ। ਮਾਮਲੇ ਦੇ ਉੱਤੇ ਹੁਣ ਅਗਲੀ ਸੁਣਵਾਈ ਜਿਹੜੀ 16 ਤੇ ਹੋਊਗੀ। SC ST ਕਾਨੂੰਨ ਦੇ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਪਿੱਛੋਂ ਜਿਹੜਾ ਸਿਆਸੀ ਤੂਫਾਨ ਖੜਾ ਹੋ ਗਿਆ ਸੀਗਾ, ਔਰ ਵਿਰੋਧੀ ਧਿਰ ਨੇ ਇਹਦਾ ਕੀਕਰਾ ਸਰਕਾਰ ਦੇ ਸਿਰ ਦੇ ਉੱਤੇ ਜਿਹੜਾ ਉਹ ਭੰਨਿਆ ਸੀਗਾ, ਇਹ ਸਰਕਾਰ ਨੇ ਇਹ ਸਾਰਾ ਕੁਛ ਜਿਹੜਾ ਵੀ ਉਹ ਕਰਾਇਆ ਤੇ ਪ੍ਰਭਾਵਸ਼ਾਲੀ ਦਲੀਲਾਂ ਜਿਹੜੀਆਂ ਸੀ ਉਹ ਨਹੀਂ ਸੀ ਦਿੱਤੀਆਂ, ਤਾਂ ਕਰਕੇ ਇਹ ਫੈਸਲਾ ਜਿਹੜਾ ਵੀ ਆ ਗਿਆ। ਪਰ ਹੁਣ ਇਹ ਦੂਜਾ ਪੱਖ ਜਿਹੜਾ ਵੀ ਸਾਹਮਣੇ ਆ ਗਿਆ ਕਿ ਬੇਸ਼ੱਕ ਪ੍ਰਭਾਵਸ਼ਾਲੀ ਦਲੀਲਾਂ ਦਿੱਤੀਆਂ ਗਈਆਂ, ਵਕੀਲ ਵੀ ਖੜੇ ਕੀਤੇ ਗਏ, ਪਰ ਅਦਾਲਤ ਨੇ ਜਿਹੜੀ ਵੀ ਗੱਲ ਕਹਿਤੀ ਉਹ ਬਿਲਕੁਲ ਜਿਹੜੀ ਸਿਰੇ ਦੀ ਕਹਿਤੀ ਕਿ ਇਹਦੇ ਵਿੱਚ ਕੁਛ ਵੀ ਜਿਹੜਾ ਜੀ ਉਹ ਬਦਲਿਆ ਨਹੀਂ ਜਾ ਸਕਦਾ ਜੀ। ਤੇ ਅੱਗੇ ਆਪਣੇ ਸਿਲੇਬਸ ਦੀ ਗੱਲ ਹੁੰਦੀ ਸੀ, ਜਿਸ ਦੇ ਵਿੱਚ ਸਿੱਖ ਇਤਿਹਾਸ ਮਿਟਾ ਦਿੱਤਾ ਗਿਆ ਸੀਗਾ, ਸਿਲੇਬਸ ਬੜਾ ਗਲਤ ਮਲਤ ਸੀਗਾ, ਉਸ ਦੀ ਜੇ ਗੱਲ ਕਰੀਏ ਤਾਂ ਸਰਕਾਰ ਨੇ ਗਲਤੀਆਂ ਮੰਨੀਆਂ ਤੇ ਉਸ ਦੀ ਜਾਂਚ ਕਰਾਉਣ ਦਾ ਵੀ ਵਾਅਦਾ ਕੀਤਾ। ਬਿਲਕੁਲ, ਐਕਚੁਲੀ ਜਿਹੜਾ ਅਕਾਲੀ ਦਲ ਹੈ ਜੀ ਉਹ ਇਸ ਮਸਲੇ ਦੇ ਉੱਤੇ ਸਿਆਸੀ ਜ਼ਮੀਨ ਜਿਹੜੀ ਆ ਉਹ ਆਪਣੀ ਲੱਭ ਰਿਹਾ ਜੀ ਉਸ ਦੇ ਵਿੱਚ, ਔਰ ਅਕਾਲੀ ਦਲ ਨੇ ਇੱਕ ਮੀਟਿੰਗ ਵੀ ਕੱਲ ਜਿਹੜੀ ਲਾਈ, ਮੈਮੋਰੈਂਡਮ ਵੀ ਜਿਹੜਾ ਜੀ ਉਹ ਦੇ ਦਿੱਤਾ ਜਿਹੜਾ ਸਰਕਾਰ ਨੂੰ ਕੁਛ ਦਿਨਾਂ ਦਾ, ਕਿ ਇਹਦੇ ਉੱਤੇ ਉਹ ਐਜੀਟੇਸ਼ਨ ਜਿਹੜੀ ਆ ਜੀ ਉਹ ਕਰਨਗੇ। ਇਹਦੇ ਤੇ ਰੌਲਾ ਪਾਉਣ ਵਾਲੇ ਜਿਹੜੇ ਨੇ ਜੀ ਉਹ ਇੱਕ ਗੱਲ ਪਾਸੇ ਅੱਖੋਂ ਪਰੋਖੇ ਜਿਹੜੀ ਆ ਜੀ ਉਹ ਕਰ ਰਹੇ ਆ, ਕਿ ਕਿਹੜੀਆਂ ਕਮੇਟੀਆਂ ਬਣਾਈਆਂ ਸੀ, ਔਰ ਖਾਸ ਤੌਰ ਦੇ ਉੱਤੇ NCERT ਜਿਹੜੀ ਕਿ ਬੁੱਕਸ ਜਿਹੜੀਆਂ ਜੀ ਉਹ ਛਪਾਉਂਦੀ ਆ, ਸਿਲੇਬਸ ਜਿਹੜਾ ਛਪਾਉਂਦੀ ਆ, ਉਹਦੇ ਉੱਤੇ ਭਗਵਾਂ ਕਰਨ ਦੇ ਦੋਸ਼ ਜਿਹੜੇ ਆ ਜੀ ਉਹ ਲੱਗਦੇ ਰਹੇ ਆ। ਹੁਣ ਇੱਕ ਕਿਸਮ ਦੇ ਨਾਲ ਉਹਨੂੰ ਬਰੀ ਕਰਕੇ ਅਕਾਲੀ ਦਲ ਜਿਹੜਾ ਜੀ ਉਹ ਲੋੜੋਂ ਵੱਧ ਰੌਲਾ ਇਸ ਮਸਲੇ ਦੇ ਉੱਤੇ ਪਾ ਰਿਹਾ। ਇਹਦੇ 'ਚ ਕੋਈ ਡਾਊਟ ਨਹੀਂ ਗਾ ਕਿ ਜਿਹੜੀਆਂ ਕੁਛ ਗਲਤੀਆਂ ਹੋਈਆਂ ਨੇ ਉਹਨਾਂ ਦੇ ਸੁਧਾਰ ਦੀ ਜ਼ਰੂਰਤ ਹੈ। ਅਕਾਲੀਆਂ ਦਾ ਉਹ ਅਖ਼ਬਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਜਾਂ ਜਿਹੜਾ ਦੀ ਬਰਗਾੜੀ ਦੇ ਵਿੱਚ ਹੋਇਆ, ਇਹ ਕਦੀ ਉਹਨੇ ਸੰਪਾਦਕੀਆਂ ਮੁੱਖ ਪੰਨਿਆਂ ਤੇ ਨਾ ਲਿਆਂਦੀਆਂ, ਹੁਣ ਮੁੱਖ ਪੰਨਿਆਂ ਦੇ ਉੱਤੇ ਜਿਹੜੀਆਂ ਜੀ ਇਹ ਸੰਪਾਦਕੀਆਂ ਆ ਗਈਆਂ, ਕਿਉਂਕਿ ਉਹਨੂੰ ਲੱਗਦਾ ਕਿ ਇਹਦੇ ਉੱਤੇ ਜਿਹੜੀ ਆ ਜੀ ਉਹ ਸਿਆਸਤ ਅਕਾਲੀ ਦਲ ਨੂੰ ਉਹਦੇ ਪੈਰ ਜਿਹੜੇ ਆ ਉਹ ਲਾ ਸਕਦੀ ਹੈ। ਸਰਕਾਰ ਨੂੰ ਇਹਦੇ ਉੱਤੇ ਆਪਣਾ ਸਪਸ਼ਟੀਕਰਨ ਜਿਹੜਾ ਜੀ ਉਹ ਦੇਣਾ ਪੈ ਗਿਆ, ਬਣਦਾ ਵੀ ਹੈ ਜੀ। ਤਿੰਨ ਮੰਤਰੀ ਜਿਹੜੇ ਸੀਗੇ ਉਹਨਾਂ ਨੇ ਇਹ ਸਾਂਝੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਲਾਈ, ਜਿਹਦੇ ਵਿੱਚ ਸਿੱਖਿਆ ਮੰਤਰੀ ਨਵੇਂ ਬਣੇ ਜਿਹੜੇ, ਔਰ ਇੱਕ ਨਵੇਂ ਬਣੇ ਜਿਹੜੇ ਜੇਲ੍ਹ ਮੰਤਰੀ ਨੇ ਆਪਣੇ ਰੰਧਾਵਾ ਸਾਹਿਬ, ਤੇ ਇਹਦੇ ਨਾਲ ਨਾਲ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਇਹਨਾਂ ਨੂੰ ਨਾਲ ਜਿਹੜਾ ਜੀ ਬਿਠਾਉਣ ਦਾ, OP ਸੋਨੀ ਹੋਰਾਂ ਦੇ ਨਾਲ ਬਿਠਾਉਣ ਦਾ ਜਿਹੜਾ ਜੀ ਰੀਜ਼ਨ ਇਹ ਕਿਹਾ ਜਾ ਰਿਹਾ ਜੀ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਇਤਿਹਾਸ ਤੋਂ ਜਾਣੂ ਨੇ, ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਜੀ ਉਹ ਸਿੱਖਇਜ਼ਮ ਤੋਂ ਜਾਣੂ ਨੇ ਜੀ, ਇਸ ਕਰਕੇ ਇਹਨਾਂ ਨੂੰ ਨਾਲ ਜਿਹੜਾ ਜੀ ਬਿਠਾਇਆ ਗਿਆ। ਸਰਕਾਰ ਨੇ ਤਰਕ ਇਹ ਦਿੱਤਾ
ਇਹਦੇ 'ਚ ਬੜੀ ਇੱਕ ਹੈਰਾਨਗੀ ਵਾਲੀ ਜਿਹੜੀ ਵੱਡੀ ਗੱਲ ਸਾਹਮਣੇ ਆਈ, 50 ਸਾਲਾਂ ਦੇ ਦੌਰਾਨ ਜਦੋਂ ਤੋਂ ਪੰਜਾਬ ਐਜੂਕੇਸ਼ਨ ਬੋਰਡ ਹੋਣ 'ਚ ਆਇਆ, ਇਹਨੇ ਕਦੀ ਕਿਤਾਬਾਂ ਹੀ ਨਹੀਂ ਛਪਵਾਈਆਂ, ਸਿਲੇਬਸ ਛਪਵਾਇਆ ਹੀ ਨਹੀਂ। ਬੱਚੇ ਜਿਹੜੇ ਆ ਉਹ ਗਾਈਡਾਂ ਦੇ ਆਸਰੇ ਜਿਹੜੇ ਆ ਜੀ ਉਹ ਪੜ੍ਹਦੇ ਰਹੇ ਆ। ਇਹ ਜਿਹੜੇ ਕੁੰਜੀਆਂ ਵਾਲੇ ਆ ਉਹਨਾਂ ਦਾ ਬਿਜ਼ਨਸ ਜਿਹੜਾ ਜੀ ਉਹ ਚੌੜ ਹੁੰਦਾ ਦੀਦਾ, ਕਿਉਂਕਿ ਜਿਹੜੀ ਕਿਤਾਬ ਗਾਈਡ ਜਿਹੜੀ ਆ ਜੀ ਉਹ ਮਿਲਦੀ ਹੈ ਇੱਕ ਬੱਚੇ ਨੂੰ 450 ਰੁਪਏ ਦੀ। ਤੇ ਪਹਿਲੀ ਵਾਰੀ ਜਿਹੜਾ ਜੀ ਐਜੂਕੇਸ਼ਨ ਬੋਰਡ ਆ ਉਹਨੇ ਕਿਤਾਬਾਂ ਛਪਵਾ ਲਈਆਂ, ਤੇ ਇਹ ਕਿਤਾਬ ਜਿਹੜੀ ਮਿਲਦੀ 90 ਰੁਪਏ ਦੀ। ਤੋ ਫਰਕ ਬੜਾ। ਇਹ ਜਿਹੜਾ ਇੱਕ ਗੈਂਗ ਵੱਡਾ ਜਿਹੜਾ ਜੀ ਕੁੰਜੀਆਂ ਕਿਤਾਬਾਂ ਵਾਲਾ, ਉਹਨਾਂ ਨੂੰ ਜਿਹੜੀ ਹੈ ਜੀ ਇਹਦੀ ਬਹੁਤ ਜ਼ਿਆਦਾ ਰੜਕ ਵੀ ਲੱਗੀ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਰੌਲਾ ਇਹ ਪਾਉਣ ਵਾਲੇ ਇਹੀ ਜ਼ਿਆਦਾ ਨੇ। ਸਰਕਾਰ ਨੇ ਇਹ ਗੱਲ ਕਹੀ ਕਿ ਉਹ ਮੁਆਫ਼ੀ ਜਿਹੜੀ ਮੰਗਦੇ ਆ, ਜਿਹੜੇ ਕੁਛ ਉਲੱਥਾ ਕਰਨ ਦੇ ਸਮੇਂ ਲਫ਼ਜ਼ਾਂ ਦੀ ਹੇਰ ਫੇਰ ਜਿਹੜੀ ਹੈ ਜੀ ਉਹ ਹੋਈ ਹੈ, ਜਿਹਦੇ 'ਚ ਗੁਰਤਾ ਗੱਦੀ ਜਾਂ ਸ਼ਹੀਦੀ ਜਿਹੜੀ ਹੈ ਜੀ ਉਹਦਾ ਵਰਣਨ ਗਲਤ ਜਿਹੜੇ ਅੱਖਰਾਂ ਦੇ ਨਾਲ ਦਿੱਤਾ ਗਿਆ। ਔਰ ਇਹ ਵੀ ਕਿਹਾ ਕਿ ਇਹਨੂੰ ਉਹ ਸੁਧਾਰਨ ਦੇ ਵਾਸਤੇ ਵਚਨਬੱਧ ਨੇ, ਇਹਨੂੰ ਉਹ ਸੁਧਾਰ ਕੇ ਪੇਸ਼ ਕਰਨਗੇ। ਨਾਲ ਦੀ ਨਾਲ ਜਿਹੜੀਆਂ ਇਹ ਕੁੰਜੀਆਂ ਨੇ ਜੀ ਗਾਈਡਾਂ, ਇਹਨਾਂ ਦੇ ਉੱਤੇ ਪਾਬੰਦੀ ਜਿਹੜੀ ਉਹ ਲਾ ਦਿੱਤੀ ਗਈ ਹੈ। ਇਹ ਸਰਕਾਰ ਦਾ ਚੰਗਾ ਫੈਸਲਾ ਜੀ। ਬੜੀਆਂ ਮਹਿੰਗੀਆਂ ਗਾਈਡਾਂ ਸਕੂਲਾਂ ਵਾਲੇ ਵੀ ਜਿਹੜੇ ਆ ਜੀ ਉਹ ਲਾਉਂਦੇ ਆ, ਉਹਨਾਂ ਨੂੰ ਵੀ ਪਤਾ ਕਿ ਬੱਚੇ ਇਹ ਕਿਵੇਂ ਲੈ ਕੇ ਆਉਣਗੇ, ਕਿੱਥੋਂ ਲੈ ਕੇ ਆਉਣਗੇ। ਉਹਨਾਂ ਨੇ ਕਹਿ ਹੀ ਦੇਣਾ ਜੀ ਫਲਾਨੀ ਕੁੰਜੀ ਲਾਓ, ਫਲਾਨੀ ਗਾਈਡ ਜਿਹੜੀ ਆ ਜੀ ਉਹ ਲਾਓ, 450 ਰੁਪਏ ਦੀ, 450 ਰੁਪਏ ਦੀ ਆਉਂਦੀ ਆ। ਦੂਜੀ ਗੱਲ ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਇਹ ਕੀਤੀ ਗਈ ਕਿ ਜਿਹੜਾ ਘੁਟਾਲਾ ਹੋਇਆ ਸੀਗਾ, ਕਿਤਾਬ ਘੁਟਾਲਾ, ਜਦੋਂ ਸਿਕੰਦਰ ਸਿੰਘ ਮਲੂਕਾ ਸੀ ਜੀ ਆਪਣੇ ਸਿੱਖਿਆ ਮੰਤਰੀ, ਉਹਨੂੰ ਦੁਬਾਰਾ ਤੋਂ ਜਿਹੜਾ ਜੀ ਉਹਦੀ ਛਾਣਬੀਣ ਕੀਤੀ ਜਾਊਗੀ, ਕਿਉਂਕਿ ਉਦੋਂ ਇਹਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਸੀ। ਤੁਹਾਨੂੰ ਯਾਦ ਹੋਣਾ ਉਦੋਂ ਇਹ ਮਾਮਲਾ ਇਸ ਕਰਕੇ ਉਭਰਿਆ ਸੀਗਾ ਕਿ ਜਿਹੜਾ ਇੱਕ ਕਬਾੜੀਆ ਸੀਗਾ ਜੀ ਉਹਨੂੰ ਇਹ ਕੰਟਰੈਕਟ ਦੇ ਦਿੱਤਾ ਗਿਆ ਸੀਗਾ, ਭਾਵ ਕਿ ਇਹ ਕੰਟਰੈਕਟ ਜਿਹੜੇ ਦਿੱਤੇ ਜਾਂਦੇ ਸੀ ਕਿਵੇਂ ਦਿੱਤੇ ਜਾਂਦੇ ਸੀਗੇ ਇਹ ਉਦੋਂ ਗੱਲ ਸਾਹਮਣੇ ਆਈ ਸੀ। ਕਰੋੜਾਂ ਰੁਪਈਏ ਦਾ ਕਾਰੋਬਾਰ ਹੈ, ਸੁਣਨ ਵਾਲਿਆਂ ਨੂੰ ਇਹ ਚੀਜ਼ ਜਿਹੜੀ ਆ ਜੀ ਅੱਖੋਂ ਪਰੋਖੇ ਨਹੀਂ ਕਰਨੀ ਚਾਹੀਦੀ ਕਿਸੇ ਵੀ ਹਾਲਤ 'ਚ ਕਿ ਇਹਦੇ ਪਿੱਛੇ ਜਿਹੜਾ ਇੱਕ ਮਾਫੀਆ ਸੀਗਾ ਉਹ ਲੋੜੋਂ ਵੱਧ ਜਿਹੜਾ ਜੀ ਇਸ ਚੀਜ਼ ਨੂੰ ਪ੍ਰਚਾਰ ਹੈ। ਔਰ ਸੈਕੰਡਲੀ ਜਿੱਥੋਂ ਮੈਂ ਸਟਾਰਟ ਕੀਤੀ ਸੀ ਕਿ ਉਹ ਚੀਜ਼ ਦੱਬ ਲਈ ਗਈ ਹੈ ਕਿ ਇਹ ਕਿਤਾਬਾਂ ਨੂੰ ਛਪਵਾਉਣ ਵਾਲੇ ਕੌਣ ਨੇ, ਔਰ ਉਹ ਪੂਰੀ ਦੀ ਪੂਰੀ ਕਮੇਟੀ ਸਾਹਮਣੇ ਆਉਣੀ ਚਾਹੀਦੀ ਜਿਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਮ ਜਿਹੜੇ ਸੁਜੈਸਟ ਕੀਤੇ ਸੀਗੇ ਕਿ ਆਹ ਦੋ ਦੇ ਵਿੱਚੋਂ ਕੋਈ ਇੱਕ ਲੈ ਲਓ, ਉਹ ਵੀ ਇਹਦੇ ਵਿੱਚ ਮੈਂਬਰ ਸ਼ਾਮਿਲ ਹੈ। 20 ਮੀਟਿੰਗਾਂ ਉਹਨੇ ਜਿਹੜੀਆਂ ਜੀ ਉਹ ਅਟੈਂਡ ਕੀਤੀਆਂ ਕਿ ਉਹ ਸਿਰਫ ਸਾਈਨ ਕਰਨ ਗਿਆ ਤੇ PADA ਜਿਹੜਾ ਸੀਗਾ ਜੀ ਉਹੀ ਲੈਣ ਵਾਸਤੇ ਗਿਆ ਜਾਂ ਉਹਨੇ ਆਪਣੀ ਕੋਈ ਇਨਪੁਟ ਵੀ ਪਾਈ ਸੀ। ਜੀ ਜਾਂਚ ਕਰਾਉਣਗੇ ਤਾਂ ਪਤਾ ਲੱਗੂਗਾ। ਅੱਗੇ ਮਦਰ ਨੇਚਰ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਬਹੁਤ ਸਾਰੇ ਸੂਬਿਆਂ ਦੇ ਵਿੱਚ ਹਨੇਰੀ ਆਈ ਆ, ਝੱਖੜ ਵਗੇ ਆ, ਪਰ ਇਹ ਜਿਹੜੀ ਹਨੇਰੀ ਆ ਇਹ ਕਈ ਸੂਬਿਆਂ ਦੇ ਵਿੱਚ ਹੁੰਦੀ ਹੋਈ, ਮੌਤਾਂ ਦੀ ਗਿਣਤੀ 100 ਤੋਂ ਟੱਪੀ। ਬਿਲਕੁਲ ਜੀ, ਐਕਚੁਲੀ ਪੰਜਾਬ ਦੇ ਵਿੱਚ ਵੀ 3 ਮੌਤਾਂ ਜਿਹੜੀਆਂ ਜੀ ਹੋਈਆਂ, 2 ਤਾਂ ਇੱਥੇ ਪਟਿਆਲੇ ਦੇ ਵਿੱਚ ਹੀ ਹੋਈਆਂ ਪਰਸੋਂ ਜਦੋਂ ਇਹ ਝੱਖੜ ਆਇਆ। ਵੈਸੇ ਇਹ ਝੱਖੜ ਇਸ ਪੱਖੋਂ ਜਿਹੜਾ ਜੀ ਵੇਖਣ ਯੋਗ ਸੀਗਾ ਕਿ ਡਰਾਉਣਾ ਸੀਗਾ ਜੀ, ਜਿਵੇਂ ਨੇਚਰ ਜਿਹੜੀ ਉਹਨਾਂ ਦੀ ਉਹ ਲਾਲ ਪੀੜੀ ਹੋਈ ਹੋਈ ਕੁਦਰਤ ਜਿਹੜੀ ਆ ਉਹ ਮਨੁੱਖ ਨੂੰ ਡਰਾ ਰਹੀ ਹੋਵੇ, ਇਉਂ ਜਿਹੜੀ ਜੀ ਉਹਦੀ ਤਸਵੀਰ ਦੀਂਦੀ ਸੀਗੀ, ਇਸ ਕਰਕੇ ਕਿ ਮਨੁੱਖ ਨੇ ਜੋ ਖਿਲਵਾੜ ਜਿਹੜਾ ਜੀ ਉਹਦੇ ਨਾਲ ਕੀਤਾ। ਇਹ ਹਨੇਰ ਜਿਹੜਾ ਜੀ ਪੰਜਾਬ ਤੱਕ ਸੀਮਿਤ ਨਹੀਂ ਸੀਗਾ, ਕਈ ਸੂਬਿਆਂ ਦੇ ਵਿੱਚ ਝੁੱਲਿਆ। 3 ਮੌਤਾਂ ਪੰਜਾਬ 'ਚ ਹੋਈਆਂ, ਮੌਤਾਂ ਦੀ ਗਿਣਤੀ ਜਿਹੜੀ ਆ ਜੀ ਅਜੇ ਵੀ ਵੱਧਦੀ ਤੁਰੀ ਜਾ ਰਹੀ ਹੈ ਜੀ, 125 ਦੇ ਨੇੜੇ ਪਹੁੰਚ ਗਈ ਹੋਈ ਆ ਜੀ। ਔਰ ਇਸ ਝੱਖੜ ਤੇ ਮੀਂਹ ਨੇ ਜਿਹੜਾ ਜੀ ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਕੀਤਾ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਹਦਾ ਕਹਿਰ ਜਿਹੜਾ ਜੀ ਉਹ ਵਰਤਿਆ। 70 ਮੌਤਾਂ ਉੱਤਰ ਪ੍ਰਦੇਸ਼ ਦੇ ਵਿੱਚ ਤੇ 36 ਮੌਤਾਂ ਰਾਜਸਥਾਨ ਦੇ ਵਿੱਚ ਹੋਈਆਂ ਨੇ। ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਦੇ ਵਿੱਚ 43 ਮੌਤਾਂ ਜਿਹੜੀਆਂ ਦੀ ਉਹ ਹੋਈਆਂ ਨੇ, ਬਿਜਨੌਰ 'ਚ 3 ਤੇ ਸਹਾਰਨਪੁਰ 'ਚ 2 ਜਾਣਿਆਂ ਦੀ ਜਾਨ ਗਈ ਹੈ। ਰਾਜਸਥਾਨ ਦੇ ਬਸੇੜੀ ਸਬ ਡਿਵੀਜ਼ਨ ਦੇ ਲੇਵੜਾਪੁਰਾ, ਕਿਆਰਪੁਰਾ ਤੇ ਪਿੱਪਰੀਪੁਰਾ ਪਿੰਡਾਂ ਦੇ ਵਿੱਚ ਤੂਫਾਨ ਦੇ ਨਾਲ ਅੱਗ ਲੱਗਣ ਕਰਕੇ ਸੈਂਕੜੇ ਮਕਾਨ ਜਿਹੜੇ ਆ ਜੀ ਉਹ ਸੜ ਕੇ ਸਵਾਹ ਹੋ ਗਏ। ਰਾਜਸਥਾਨ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ ਇਹਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਜਨਜੀਵਨ ਸੀਗਾ ਜੀ ਉਹ ਵੀ ਪ੍ਰਭਾਵਿਤ ਰਿਹਾ। ਆਂਧਰਾ ਪ੍ਰਦੇਸ਼ ਦੇ ਵਿੱਚ 18 ਲੋਕਾਂ ਦੀ ਮੌਤ ਜਿਹੜੀ ਆ ਜੀ ਉਹ ਹੋਈ ਹੈ। ਮੌਸਮ ਵਿਭਾਗ ਕਹਿੰਦਾ ਕਿ ਅਗਲੇ ਕੁਛ ਘੰਟਿਆਂ ਦੇ ਦੌਰਾਨ ਅਜੇ ਹੋਰ ਜਿਹੜਾ ਜੀ ਇਹ ਜਾਰੀ ਰਹਿ ਸਕਦਾ। ਬੇਸ਼ੱਕ ਤਾਪਮਾਨ ਤਾਂ ਇਹਦੇ ਨਾਲ ਜਿਹੜਾ ਸੀਗਾ ਜੀ ਕੁਛ ਡਿੱਗ ਪਿਆ, ਪਰ ਜਿਹੜਾ ਜੀ ਨੁਕਸਾਨ ਬਹੁਤ ਇਹਨੇ ਕੀਤਾ, ਜਾਨੀ ਨੁਕਸਾਨ। 124 ਮੌਤਾਂ ਦੀ ਜਿਹੜੀ ਆ ਜੀ ਪੁਸ਼ਟੀ ਹੋ ਚੁੱਕੀ ਹੋਈ ਆ, ਔਰ ਇਹ ਮੌਤਾਂ ਹੋਰ ਵਧਣ ਦੇ
ਚਾਂਸਸ ਦੱਸੇ ਜਾ ਰਹੇ ਹਨ। ਜੀ, ਅਤੇ ਅੱਗੇ ਆਪਾਂ ਦਿਆਲ ਸਿੰਘ ਕਾਲਜ ਦੀ ਜੇ ਗੱਲ ਕਰੀਏ, ਕਦੀ ਕਹਿ ਦਿੰਦੇ ਨਾਂ ਬਦਲ ਦਿੱਤਾ, ਕਦੀ ਕਹਿੰਦੇ ਬਦਲਿਆ ਨਹੀਂ, ਪਰ ਉੱਥੇ ਦੇ ਚੇਅਰਮੈਨ ਨੇ ਸਿੱਧਾ ਹੀ ਚੈਲੰਜ ਕਰ ਦਿੱਤਾ ਕਿ ਨਾਮ ਚੇਂਜ ਹੋਊਗਾ। ਬਿਲਕੁਲ ਜੀ, ਐਕਚੁਅਲੀ ਇਹ ਤੁਸੀਂ ਕਹਿ ਲਓ ਕਿ ਜਿਹੜਾ ਇਹਨੂੰ ਇੱਕ ਪੱਖ ਦਾ ਜਿਹੜਾ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰਕਾਸ਼ ਜਾਵੜੇਕਰ ਨੇ ਕੇਂਦਰੀ ਮੰਤਰੀ, ਉਹ ਕਹਿੰਦੇ ਜੀ ਕਿ ਇੱਦਾਂ ਕਿਵੇਂ ਹੋ ਸਕਦਾ, ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹਨੇ ਕਿਹਾ ਸੀਗਾ ਪਹਿਲਾਂ ਹੀ ਕਿ ਨਹੀਂ ਬਦਲਿਆ ਜਾਊਗਾ, ਤੇ ਇਹ ਬਦਲਿਆ ਕਿਵੇਂ ਜਿਹੜਾ ਜੀ ਜਾ ਰਿਹਾ। ਦੂਜੇ ਪਾਸੇ ਜਿਹੜਾ ਇਹਦਾ ਚੇਅਰਮੈਨ ਹੈ ਅਮਿਤਾਭ ਸਿਨਹਾ, ਉਹ ਕਹਿੰਦਾ ਕਾਲਜ ਦਾ ਨਾਂ ਬਦਲਣ ਵਾਲਾ ਫੈਸਲਾ ਹਰ ਹਾਲ ਦੇ ਵਿੱਚ ਕਾਇਮ ਰਹੂਗਾ ਤੇ ਇਹਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਮਜੀਠੀਆ ਕਾਲਜ ਰੱਖਿਆ ਜਾਊਗਾ। ਉਹਨੇ ਸਿੱਧਮ ਸਿੱਧਾ ਸੈਂਟਰ ਦੀ ਸਰਕਾਰ ਨੂੰ ਚੈਲੰਜ ਜਿਹੜਾ ਜੀ ਕਰਤਾ, ਜਾਂ ਤੁਸੀਂ ਕਹਿ ਲਓ ਕਿ ਮੋਹਰਾ ਉਹ ਜਿਹਦੇ ਕਰਕੇ ਉਹਨੂੰ ਵਰਤਿਆ ਜਿਹੜਾ ਜੀ ਉਹ ਜਾ ਰਿਹਾ। ਸ਼੍ਰੋਮਣੀ ਕਮੇਟੀ ਜਿਹੜੀ ਹੈ ਜੀ ਉਹ ਕਹਿੰਦੀ ਕਿ ਕੇਂਦਰ ਦੀ ਸਰਕਾਰ ਦੇ ਕੋਲੇ ਪਹਿਲਾਂ ਵੀ ਇਸ ਮਾਮਲੇ ਤੇ ਪਹੁੰਚ ਕੀਤੀ, ਹੁਣ ਦੁਬਾਰਾ ਜਿਹੜੀ ਹੈ ਜੀ ਉਹ ਪਹੁੰਚ ਕੀਤੀ ਜਿਹੜੀ ਜੀ ਉਹ ਜਾ ਰਹੀ ਹੈ ਔਰ ਜਿਹੜਾ ਭਰੋਸਾ ਦਿੱਤਾ ਗਿਆ। ਵੈਸੇ ਸ਼੍ਰੋਮਣੀ ਕਮੇਟੀ ਨੇ ਤਾਂ ਇਹ ਪਹੁੰਚ ਨਹੀਂ ਕੀਤੀ, ਜਿਹੜਾ ਟਵੀਟ ਸੀਗਾ ਉਹ ਜ਼ਰੂਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਜਿਹੜਾ ਜੀ ਕੀਤਾ ਸੀ, ਸ਼ਾਇਦ ਸ਼੍ਰੋਮਣੀ ਕਮੇਟੀ ਉਹ ਆਪਣਾ ਹੀ ਜਿਹੜਾ ਉਹ ਸਮਝਦੀ ਹੈ। ਜਿਹੜਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਅਮਿਤਾਭ ਸਿਨਹਾ ਹੈ ਉਹਨੇ ਇਹ ਗੱਲ ਕਹੀ ਆ ਕਿ ਜਿਹੜੀ ਜੀ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਜਿਹੜਾ ਜੀ ਉਹ ਨਾ ਦੇਵੇ। ਉਹ ਕਹਿੰਦਾ ਜੀ ਕਿ ਸਾਡਾ ਮਾਮਲਾ ਹੈ, ਕਾਲਜ ਦਾ ਮਾਮਲਾ ਹੈ ਕਿ ਅਸੀਂ ਕੀ ਕਰਨਾ ਇਹਦੇ ਬਾਰੇ ਚ, ਕੀ ਨਹੀਂ ਕਰਨਾ। ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹਨਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਜਿਹੜਾ ਅਮਿਤਾਭ ਸਿਨਹਾ ਹੈ ਉਹਦਾ ਦਿਮਾਗੀ ਤਵਾਜ਼ਨ ਜਿਹੜਾ ਜੀ ਉਹ ਖਰਾਬ ਹੋ ਗਿਆ ਔਰ ਉਹਨੂੰ ਹਟਾਉਣ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਆ। ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਇਹਨੇ ਸਿਨਹਾ ਨੇ, ਉਹਨੇ ਜਿਹੜੀ ਆ ਜੀ ਇਹ ਉਹਦੇ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਉਹ ਗੱਲ ਕਹੀ ਆ ਔਰ ਇਹ ਕਿਹਾ ਕਿ ਐਚ ਆਰ ਡੀ ਮਿਨਿਸਟਰ ਜਿਹੜਾ ਉਹਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ। ਇਹ ਕਾਲਜ ਦਾ ਚੇਅਰਮੈਨ ਜਿਹੜਾ ਵੀ ਉਹ ਕਹਿ ਰਿਹਾ, ਉਹਨੇ ਕਿਹਾ ਕਿ ਜਦੋਂ ਪਹਿਲੀ ਵਾਰੀ ਉਹਨੇ ਜਾਵੜੇਕਰ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਜ਼ੋਰ ਦਿੱਤਾ ਸੀਗਾ ਕਿ ਮਾਮਲਾ ਵਾਈਸ ਚਾਂਸਲਰ ਤੇ ਗਵਰਨਿੰਗ ਬਾਡੀ ਦੇ ਵੱਲੋਂ ਨਜਿੱਠਿਆ ਜਾਣਾ ਚਾਹੀਦਾ, ਤੇ ਉਹਨੇ ਕਿਹਾ ਕਿ ਜਾਵੜੇਕਰ ਹੋਰਾਂ ਨੇ ਇਹਦੇ ਵਿੱਚ ਦਿਲਚਸਪੀ ਵਿਖਾਈ ਸੀ। ਉਹਨੇ ਕਿਹਾ ਕਿ ਅਸੀਂ ਵਿਚਕਾਰਲਾ ਰਾਹ ਲੱਭਦੇ ਹਾਂ, ਵੰਦੇ ਮਾਤਰਮ ਦਿਆਲ ਸਿੰਘ ਕਾਲਜ ਜਿਹੜਾ ਵੀ ਉਹ ਰੱਖ ਦਿੱਤਾ। ਉਹਨਾਂ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਜਿਹੜਾ ਕੇਂਦਰੀ ਮੰਤਰੀ ਆ ਉਹ ਕਿਸੇ ਸਿਆਸੀ ਦਬਾਅ ਦੇ ਹੇਠ ਜਿਹੜਾ ਵੀ ਉਹ ਬਿਆਨ ਦੇ ਰਿਹਾ। ਉਹਨੇ ਕਿਹਾ ਕਿ ਅੰਤਮ ਫੈਸਲਾ ਸਾਡਾ, ਜੇ ਐਚ ਆਰ ਡੀ ਮੰਤਰਾਲਾ ਇਹਦੇ ਵਿੱਚ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ ਰੱਖਦੇ ਆ ਤੇ ਸਵਾਗਤ ਹੈ, ਅਸੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਾਂਗੇ। ਇਹ ਅਮਿਤਾਭ ਸਿਨਹਾ ਜਿਹੜਾ ਜੀ ਓਪਨਲੀ ਚੈਲੰਜ ਕਰਕੇ ਕੇਂਦਰ ਦੀ ਸਰਕਾਰ ਨੂੰ ਕਹਿ ਰਿਹਾ ਜੀ। ਬਿਲਕੁਲ ਜੀ, ਕੇਂਦਰ ਦੀ ਸਰਕਾਰ ਵੀ ਉਹਦੇ ਨਾਲ ਆ, ਉਹਨੇ ਬਿਲਕੁਲ ਸਾਰਾ ਕੁਛ ਤਿਆਰ ਕੀਤਾ ਹੋਇਆ ਆ। ਅਤੇ ਅੱਗੇ ਜ਼ਿਮਨੀ ਚੋਣ ਸ਼ਾਕਆਊਟ ਦੀ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਨਿਗਾਹ ਟਿਕੀਆਂ ਜੀ ਸਾਰਿਆਂ ਦੀਆਂ ਕੱਲ੍ਹ ਨੂੰ ਕਿ ਕਿਹਨੂੰ ਐਲਾਨ ਕਰਦੇ ਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਜੀ ਕਿ ਦੇਖਿਆ ਜਾਵੇ ਤਾਂ ਜਿਹੜੀ ਕਿਸੇ ਟਾਈਮ ਪੰਜਾਬ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਵਾਸਤੇ ਪਰ ਤੋਲ ਰਹੀ ਪਾਰਟੀ ਸੀਗੀ ਜੀ, ਉਹ ਵਿਰੋਧੀ ਧਿਰ ਦੇ ਵਿੱਚ ਆ ਗਈ। ਵਿਰੋਧੀ ਧਿਰ ਦਾ ਜੋ ਰੋਲ ਜਿਹੜਾ ਜੀ ਹੁੰਦਾ ਹੈ, ਕਿਉਂਕਿ ਵਿਰੋਧੀ ਧਿਰ ਪਿਛਲੇ 10 ਸਾਲਾਂ ਦੇ ਦੌਰਾਨ ਲੋਕਾਂ ਨੂੰ ਭੁੱਲ ਭੁਲਾ ਦੇ ਗਈ ਸੀ। ਕਾਂਗਰਸ ਨੇ ਕੋਈ ਵਿਰੋਧੀ ਧਿਰ ਵਾਲਾ ਰੋਲ ਨਹੀਂ ਨਿਭਾਇਆ, ਜਿਹਦੇ ਕਰਕੇ ਆਪ ਗੁਜ਼ਰੀਆਂ ਪਿਛਲੀ 10 ਸਾਲਾਂ ਦੀ ਅਕਾਲੀ ਬੀਜੇਪੀ ਸਰਕਾਰ ਜਿਹੜੀ ਉਹ ਕਰਦੀ ਰਹੀ, ਚੰਮਦੀਆਂ ਚਲਾਉਂਦੀ ਰਹੀ। ਉਹੋ ਜਿਹੇ ਹਾਲਾਤ ਜਿਹੜੇ ਆ ਜੀ ਤਕਰੀਬਨ ਤਕਰੀਬਨ ਫੇਰ ਬਣ ਗਏ ਆ ਹਾਲ ਦੀ ਘੜੀ। ਵਿਰੋਧੀ ਧਿਰ ਜਿਹੜੀ ਆ ਜੀ ਉਹ ਕਿਸੇ ਵੀ ਮੁੱਦੇ ਦੇ ਉੱਤੇ ਮੌਜੂਦਾ ਸਰਕਾਰ ਨੂੰ ਘੇਰਨ ਦੇ ਵਿੱਚ ਅਸਫਲ ਜਿਹੜੀ ਆ ਜੀ ਉਹ ਦਿਸ ਰਹੀ ਆ। ਕਿਤੇ ਟਾਵਾਂ ਟਾਵਾਂ ਬਿਆਨ ਜਾਂ ਈਮੇਲ ਜਿਹੜੀ ਜੀ ਉਹ ਆ ਜਾਣੀ, ਉਹ ਵਿਰੋਧੀ ਧਿਰ ਦਾ ਰੋਲ ਨੀਗਾ। ਦੇਖਿਆ ਜਾਵੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਵਿਰੋਧੀ ਧਿਰ ਦੇ ਆਗੂ ਨੇ, ਉਹ ਇਸ ਤਰ੍ਹਾਂ ਦੀ ਈਮੇਲ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਦੋਂ ਵੀ ਕਰਦੇ ਰਹੇ ਆ ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਨਹੀਂ ਸੀ ਹੁੰਦੇ। ਬਿਨਾਂ ਕਿਸੇ ਸ਼ੱਕ ਦੇ ਜਿਹੜਾ ਰੇਤ ਮਾਫੀ ਵਾਲਾ ਮੁੱਦਾ ਸੀਗਾ ਉਹ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੇ ਉਭਾਰਿਆ ਤੇ ਰਾਣਾ ਗੁਰਦੀਪ ਸਿੰਘ ਹੋਰਾਂ ਦਾ ਅਸਤੀਫੇ ਤੱਕ ਜਿਹੜੀ ਸੀ ਉਹ ਗੱਲ ਚਲੇਗੀ। ਪਰ ਜਦੋਂ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹਨਾਂ ਨੇ ਮਾਫੀਆਂ ਦੀ ਸ਼ੁਰੂਆਤ ਪੰਜਾਬ ਤੋਂ ਕਰ ਲਈ ਤੇ ਸਭ ਤੋਂ ਪਹਿਲਾਂ ਵਿਕਰਮ ਮਜੀਠੀਏ ਤੋਂ ਮਾਫੀ ਜਿਹੜੀ ਮੰਗ ਲਈ, ਇਹਨੇ ਜਿਹੜਾ ਵੀ ਪਾਰਟੀ ਦੇ ਵਿੱਚ ਵੱਡਾ ਬਖੇੜਾ ਖੜਾ ਕਰਕੇ ਜਿਹੜਾ ਵੀ ਉਹ ਰੱਖ ਦਿੱਤਾ। ਭਗਵੰਤ ਮਾਨ ਉਹਨਾਂ ਨੇ ਅਸਤੀਫਾ ਦਿੱਤਾ, ਅਮਨ ਅਰੋੜਾ ਨੇ ਅਸਤੀਫਾ ਜਿਹੜਾ ਵੀ ਉਹ ਦੇ ਦਿੱਤਾ। ਕਹਾਣੀ ਜਿਹੜੀ ਆ ਜੀ ਉੱਥੇ ਦੀ ਉੱਥੇ ਖੜੀ ਹੈ। ਜਿਹੜਾ ਪਾਰਟੀ ਸੀ ਉਹਦੇ ਵੱਲੋਂ ਇਹ ਬਿਆਨ ਤਾਂ ਉਦੋਂ ਜਿਹੜਾ ਜੀ ਉਹ ਆ ਗਿਆ
ਜੀ ਅਸਤੀਫਾ ਸਵੀਕਾਰ ਨਹੀਂ ਕੀਤਾ ਜਾਊਗਾ। ਪਰ ਨਾ ਤਾਂ ਪਾਰਟੀ ਜਿਹੜੀ ਹੈ ਜੀ ਉਹਦੀ ਹਾਈ ਕਮਾਂਡ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਕੋਈ ਸੰਪਰਕ ਜਿਹੜਾ ਜੀ ਬਣਾਇਆ, ਨਾ ਉਹਨੇ ਹਾਈ ਕਮਾਂਡ ਨੇ ਭਗਵੰਤ ਮਾਨ ਦੇ ਨਾਲ ਸੰਪਰਕ ਬਣਾਇਆ ਤੇ ਨਾ ਅਮਨ ਅਰੋੜਾ ਦੇ ਨਾਲ ਜਿਹੜਾ ਜੀ, ਜਿਹਨਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਸੀਗਾ ਕਿ ਮੁਆਫ਼ੀ ਕਿਉਂ ਮੰਗੀ ਗਈ ਆ, ਔਰ ਜਿਹੜੀ ਪਾਰਟੀ ਹੈ ਪੰਜਾਬ ਦੀ ਉਹਨੂੰ ਜਿਹੜਾ ਜੀ ਭਰੋਸੇ ਦੇ ਵਿੱਚ ਕਿਉਂ ਨਹੀਂ ਲਿਆ ਗਿਆ। ਉਸ ਤੋਂ ਬਾਅਦ ਖਲਾਰਾ ਜਿਹੜਾ ਜੀ ਉਹ ਜਾਰੀ ਹੈ, ਡਾਕਟਰ ਬਲਬੀਰ ਸਿੰਘ ਹੋਰੀ ਹੁਣ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਖਲਾਰਾ ਨਿਬੜੇ। ਨਿਬੜਦਾ ਕਿੰਨਾ ਕੁ ਲੱਗਦਾ ਇਹਦਾ ਅਸਲ ਪਤਾ ਤਾਂ ਕੱਲ੍ਹ ਨੂੰ ਲੱਗੂਗਾ, ਕੱਲ੍ਹ ਨੂੰ, ਕਿਉਂਕਿ ਮਨੀਸ਼ ਸਿਸੋਦੀਆ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਭੜਕੇ ਇੱਥੇ ਆ ਰਹੇ ਆ ਮੋਹਾਲੀ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਨ ਦੇ ਵਾਸਤੇ। ਡਾਕਟਰ ਬਲਬੀਰ ਸਿੰਘ ਹੋਰੀ ਕਹਿੰਦੇ ਆ ਕਿ ਭਗਵੰਤ ਮਾਨ ਹੋਰਾਂ ਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਜਾਰੀ ਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹ ਇਹ ਸਮਝਦੇ ਆ ਕਿ ਜਿਹੜੀ ਹਾਈ ਕਮਾਂਡ ਹੈ ਉਹ ਪਹਿਲਾਂ ਜਿਹੜੀ ਜੀ ਉਹਨਾਂ ਦੇ ਨਾਲ ਗੱਲ ਕਰੇ। ਇਹੀ ਮੰਗ ਜਿਹੜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਵੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਕਈ ਦਿਨ ਪਿਛਲੇ ਦਿਨਾਂ 'ਚ ਦਿੱਲੀ ਬੈਠੇ ਰਹੇ ਆ, ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਜਿਹੜੀ ਹਾਈ ਕਮਾਂਡ ਹੈ ਉਹਨੇ ਮਿਲਣ ਦਾ, ਭਾਵ ਕਿ ਹਾਈ ਕਮਾਂਡ ਦੇ ਸ਼ਾਇਦ ਏਜੰਡੇ ਦੇ ਉੱਤੇ ਪੰਜਾਬ ਹੁਣ ਜਿਹੜਾ ਜੀ ਉਹ ਹੈ ਨਹੀਂ ਗਾ। ਇਸ ਕਰਕੇ ਪਾਰਟੀ ਜਿਹੜੀ ਆ ਜੀ ਉਹ ਪਛੜ ਰਹੀ ਆ। ਜਿੱਥੇ ਅਕਾਲੀ ਦਲ ਨੇ ਪਹਿਲਾਂ ਆਪਣਾ ਉਮੀਦਵਾਰ ਐਲਾਨਤਾ ਸੀ ਸ਼ਾਹਕੋਟ ਤੋਂ, ਕਾਂਗਰਸ ਨੇ ਵੀ ਕੱਲ੍ਹ ਲਾਡੀ ਸ਼ੇਰੋ ਵਾਲੀਆ ਨੂੰ ਆਪਣਾ ਉਮੀਦਵਾਰ ਐਲਾਨ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਆ ਕਿ ਲੋਕਲ ਕੈਂਡੀਡੇਟ ਜਿਹੜਾ ਜੀ ਉਹਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਪਾਰਟੀ ਦੇ ਵੱਲੋਂ, ਜਦੋਂ ਕਿ ਅਜੇ ਤੱਕ ਇਹ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਕਿਹਨੂੰ ਇੱਥੋਂ ਉਤਾਰੂਗੀ ਔਰ ਉਹ ਚੋਣ ਲੜੂਗੀ ਵੀ ਕਿ ਨਹੀਂ। ਤੇ ਇਹ ਵੀ ਜਿਹੜੀਆਂ ਜੀ ਵਿੱਚ ਵਿਚਾਲੇ ਤੁਰੀਆਂ ਜਾਂਦੀਆਂ ਨੇ। ਬਿਨਾਂ ਕਿਸੇ ਸ਼ੱਕ ਦੇ ਜਿਹੜਾ ਰਹਿੰਦਾ ਖੁੰਹਦਾ ਹੈ ਜੀ ਮਾੜਾ ਮੋਟਾ ਆਧਾਰ ਉਹਨੂੰ ਵੀ ਖਤਮ ਕਰਨ ਦੀ ਜਿਹੜੇ ਜੀ ਇਹ ਕਿਹਾ ਜਾ ਸਕਦਾ ਕਿ ਉਸ ਪਾਸੇ ਵੱਲ ਨੂੰ ਇਹ ਗੱਲ ਤੁਰੂਗੀ, ਕਿਹਨੂੰ ਕੈਂਡੀਡੇਟ ਐਲਾਨਿਆ ਜਾਊਗਾ, ਕੀ ਉੱਥੋਂ ਦੀ ਵਿਉਂਤਬੰਦੀ ਹੋਊਗੀ, ਕਿਵੇਂ ਹੋਊਗੀ, ਮਨੀਸ਼ ਸਿਸੋਦੀਆ ਆ ਕੇ ਚੁਟਕੀ ਮਾਰ ਕੇ ਸਾਰਾ ਕੁਛ ਕੱਲ੍ਹ ਨੂੰ ਕਿਵੇਂ ਠੀਕ ਕਰ ਦੇਣਗੇ, ਇਹ ਵੇਖਣ ਵਾਲੀ ਗੱਲ ਹੋਊ ਜੀ। ਜੀ ਕਾਫੀ ਖਿਲਾਰਾ ਪੈ ਗਿਆ ਜੀ, ਅਸੀਂ ਪੰਜਾਬ ਵਾਲੇ ਵੈਸੇ ਇੱਦਾਂ ਸੋਚਦੇ ਨੀਗੇ। ਤੇ ਅੱਗੇ ਆਪਣੇ ਇੱਕ ਘਰੇਲੂ ਲੜਾਈ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਅਸੀਂ ਅੰਤਰਰਾਸ਼ਟਰੀ ਏਅਰਪੋਰਟਾਂ ਤੇ ਵੀ ਲੈ ਗਏ ਆ। ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਇੱਕ ਘਰ ਵਾਲੇ ਦੇ ਨਾਲ ਲੜ ਕੇ ਔਰਤ ਨੇ ਆਪਣੀ ਨਸ ਵੱਢੀ। ਬਿਲਕੁਲ ਜੀ, ਇਹ ਸਾਰਾ ਕੁਝ ਜਿਹੜਾ ਸੀਗਾ ਜੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜਾ ਜੀ ਹੋਇਆ, ਔਰ ਇਹ ਐਕਚੁਲੀ ਜਲੰਧਰ ਦੇ ਪਿੰਡ ਜੌੜ ਦੀ ਰਹਿਣ ਵਾਲੀ ਹੈ ਔਰਤ ਜਿਹੜੀ ਜਸਵਿੰਦਰ ਕੌਰ, ਉਹਦੇ ਘਰ ਵਾਲਾ ਉਹਨੂੰ ਛੱਡ ਕੇ ਏਅਰ ਇੰਡੀਆ ਦੀ ਬਰਮਿੰਗਮ ਫਲਾਈਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ, ਜਿਹਦੇ ਤੋਂ ਪਰੇਸ਼ਾਨ ਹੋ ਕੇ ਉਹਨੇ ਏਅਰਪੋਰਟ ਦੇ ਉੱਤੇ ਆਪਣੇ ਹੱਥ ਦੀ ਨਸ ਜਿਹੜੀ ਸੀ ਉਹ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ। ਉਹਨੂੰ ਐਮਰਜੈਂਸੀ ਚੈਂਬਰ 'ਚ ਲਿਜਾ ਕੇ ਉਹਦਾ ਇਲਾਜ ਕਰਵਾਇਆ ਗਿਆ ਜੀ, ਔਰ ਬਾਅਦ ਦੇ ਵਿੱਚ ਉਹਨੂੰ ਜਿਹੜਾ ਜੀ ਹੋਸਪਿਟਲ ਦਾਖਲ ਕਰਵਾਇਆ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜੌਲ ਪਿੰਡ ਦੀ ਕੁਲਵਿੰਦਰ ਕੌਰ ਜਮਿੰਦਰ ਸਿੰਘ ਦੇ ਕੋਲੇ ਇੰਗਲੈਂਡ ਦੀ PR ਹੈ ਜੀ ਦੋਨਾਂ ਦੇ ਕੋਲੇ, ਇਹ ਕੁਛ ਦਿਨ ਪਹਿਲਾਂ ਪੰਜਾਬ ਆਏ ਸੀਗੇ। 8 ਮਈ ਨੂੰ ਇਹਨਾਂ ਨੇ ਵਾਪਸ ਜਿਹੜਾ ਜੀ ਬਰਮਿੰਗਮ ਜਾਣਾ ਸੀਗਾ, ਪਰ ਅਚਾਨਕ ਜਿਹੜੀਆਂ ਸੀਗੀਆਂ ਜੀ ਟਿਕਟਾਂ ਚੇਂਜ ਕਰਾ ਲਈਆਂ ਜਿਹੜਾ ਜਮਿੰਦਰ ਸਿੰਘ ਸੀਗਾ ਉਹਦੇ, ਔਰ ਜਿਹੜੀਆਂ ਇੱਕ ਦਿਨ ਭਾਵ ਕਿ ਉਦੋਂ ਹੀ ਉਹਨੂੰ ਦੱਸਿਆ ਕਿ ਅੱਜ ਦੀਆਂ ਟਿਕਟਾਂ ਬੁੱਕ ਹੋ ਗਈਆਂ, ਉਦੋਂ ਕਰਾਈਆਂ ਜਾਂ ਪਹਿਲਾਂ ਹੀ ਜਿਹੜੀਆਂ ਜੀ ਉਹਨੂੰ ਡੇਟ ਗਲਤ ਦੱਸੀ ਹੋਈ ਸੀਗੀ ਇਹ ਨਹੀਂ ਅਜੇ ਤੱਕ ਪਤਾ ਜੀ। ਇਮੀਗ੍ਰੇਸ਼ਨ ਦੇ ਚੈੱਕ ਕਾਊਂਟਰ ਦੇ ਉੱਤੇ ਪਹੁੰਚੇ ਜਿਹੜਾ ਬੰਦਾ ਸੀਗਾ ਜੀ ਉਹ ਅੰਦਰ ਲੰਘ ਗਿਆ, ਜਦੋਂ ਜਿਹੜੀ ਔਰਤ ਸੀਗੀ ਉਹਨੂੰ ਉਹਦਾ PR ਕਾਰਡ ਪੁੱਛਿਆ ਗਿਆ ਤੇ ਉਹਨੇ ਇਹ ਕਿਹਾ ਜੀ ਕਿ ਉਹਦੇ ਘਰ ਵਾਲੇ ਦੇ ਕੋਲੇ ਆ, ਜਦੋਂ ਕਿ ਉਹਦੇ ਘਰ ਵਾਲੇ ਨੇ ਇਨਕਾਰ ਕੀਤਾ ਕਿ ਉਹਦੇ ਕੋਲੇ ਉਹਦਾ PR ਕਾਰਡ ਨਹੀਂ ਹੈਗਾ, ਇਹ ਨਹੀਂ ਜਿਹੜਾ ਜੀ ਉਹ ਸੰਭਾਲਿਆ ਸੀਗਾ। ਸਿਕਿਉਰਿਟੀ ਚੈੱਕ ਕਰਨ ਤੋਂ ਬਾਅਦ ਏਅਰ ਇੰਡੀਆ ਦੀ ਜਿਹੜੀ ਫਲਾਈਟ ਸੀ ਇਹਦੇ ਵਿੱਚ ਉਹ ਤਾਂ ਸਵਾਰ ਹੋ ਗਿਆ, PR ਕਾਰਡ ਨਾ ਹੋਣ ਕਰਕੇ ਇਹ ਔਰਤ ਜਿਹੜੀ ਸੀ ਉੱਥੇ ਹੀ ਰੁਕ ਗਈ, ਔਰ ਮੁੜ ਕੇ ਉਹਨੇ ਜਿਹੜਾ ਸੀਗਾ ਜੀ ਜਦੋਂ ਇਹ ਫਲਾਈਟ ਉਹਨੂੰ ਪਤਾ ਲੱਗਿਆ ਕਿ ਫਲਾਈਟ ਤਾਂ ਜਾ ਰਹੀ ਆ, ਉਹਨੇ ਜਾ ਕੇ ਬਾਥਰੂਮ ਦੇ ਵਿੱਚ ਆਪਣੀ ਨਸ ਜਿਹੜੀ ਸੀ ਕਿਸੇ ਤਿੱਖੀ ਚੀਜ਼ ਦੇ ਨਾਲ ਕੱਟ ਲਈ, ਔਰ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਇਹ ਇੱਕ ਜਿਹੜੀ ਉਹ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਇਸ ਔਰਤ ਨੂੰ ਜਿਹੜਾ ਜੀ ਜਮਿੰਦਰ ਸਿੰਘ ਇੱਥੇ ਛੱਡ ਗਿਆ, ਕਿਉਂਕਿ ਇਹ ਇਹ ਵੀ ਗੱਲ ਜਿਹੜੀ ਜੀ ਸਾਹਮਣੇ ਆ ਰਹੀ ਹੈ ਕਿ ਦੋਨਾਂ ਦੇ ਵਿੱਚ ਆਪਸੀ ਕੁਛ ਘਰੇਲੂ ਝਗੜਾ ਰਹਿੰਦਾ ਸੀਗਾ, ਜਿਹਦੇ ਕਰਕੇ ਕੁਲਵਿੰਦਰ ਕੌਰ ਨੇ ਇੰਗਲੈਂਡ ਵਿੱਚ ਬਰਮਿੰਗਮ 'ਚ ਪੁਲਿਸ ਦੇ ਕੋਲੇ ਉਹਦੀ ਸ਼ਿਕਾਇਤ ਜਿਹੜੀ ਆ ਜੀ ਉਹ ਕੀਤੀ ਸੀ ਇੱਕ ਵਾਰੀ, ਔਰ ਉਹ ਪੁਲਿਸ ਨੇ ਉਹਨੂੰ ਚਾਰਜ ਜਿਹੜਾ ਉਹ ਕੀਤਾ ਸੀਗਾ, ਉਹਨੇ ਦਿਮਾਗ ਦੇ ਵਿੱਚ ਜਿਹੜੀ ਜੀ ਉਹ ਰੱਖੀ, ਸ਼ਾਇਦ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਜੀ ਉਹ ਵਾਪਰਿਆ ਅੰਮ੍ਰਿਤਸਰ ਦੇ ਏਅਰਪੋਰਟ 'ਤੇ। ਬਿਲਕੁਲ ਜੀ, ਸਾਰੀਆਂ ਘਰਦੀਆਂ ਲੜਾਈਆਂ। ਅਤੇ ਅੱਗੇ ਨਕਲੀ ਬੀਜ ਵਾਲਿਆਂ ਦੀ ਗੱਲ ਕਰੀਏ ਕਿ ਜਿਹੜੇ ਨਕਲੀ ਬੀਜ ਵੇਚਦੇ ਆ
ਉਹਨਾਂ ਦੇ ਉੱਤੇ ਸ਼ਿਕੰਜੇ ਤੋਂ ਡਰਦਿਆਂ ਹੀ ਉਹ ਭੱਜ ਗਏ। ਕਦੇ ਐਕਚੁਅਲੀ ਜਿਹੜੇ ਨਕਲੀ ਬੀ ਤੇ ਨਕਲੀ ਦਵਾਈਆਂ ਵੇਚਣ ਵਾਲੇ ਆ ਜੀ, ਇਹ ਏਡਾ ਵੱਡਾ ਕਾਰੋਬਾਰ ਆ ਪੰਜਾਬ ਦੇ ਵਿੱਚ, ਕਰੋੜਾਂ ਰੁਪਈਏ ਦਾ ਜੀ ਬਿਜ਼ਨਸ ਆ। ਸਭ ਨੂੰ ਪਤਾ ਹੈ ਕਿ ਨਕਲੀ ਜਿਹੜੀਆਂ ਦਵਾਈਆਂ ਸੀਗੀਆਂ ਉਦੋਂ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨ ਸੀਗਾ ਉਹਨੂੰ ਠੱਗਿਆ ਗਿਆ, ਔਰ ਕਿਹੜੇ ਲੋਕ ਇਹਦੇ ਪਿੱਛੇ ਸੀਗੇ ਜੀ ਇਸ ਗਰੋਹ ਦੇ, ਉਹ ਵੀ ਸਭ ਨੂੰ ਜਿਹੜਾ ਜੀ ਪਤਾ। ਇਸੇ ਕਰਕੇ ਕਲੀਨ ਚਿੱਟਾਂ ਉਦੋਂ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਹੁਣ ਸਰਕਾਰ ਦੇ ਵੱਲੋਂ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਕਿ ਨਕਲੀ ਬੀਜ ਜਿਹੜੇ ਉਹ ਨਾ ਵੇਚੇ ਜਾਣ, ਔਰ ਪਹਿਲਾਂ ਜਿਹੜਾ ਸੀਗਾ ਛਾਪੇਮਾਰੀ ਉਹਦੇ ਵਿੱਚ ਹੀ ਡੀਲਰ ਜਿਹੜੇ ਆ ਜੀ ਉਹ ਭੱਜਣੇ ਸ਼ੁਰੂ ਹੋ ਗਿਆ, ਔਰ ਇੱਕ ਕੰਪਨੀ ਨੇ ਤਾਂ ਜਿਹੜਾ ਜੀ ਜਿਹੜੀ ਬੀ ਵੇਚ ਰਹੀ ਆ ਉਹਨੇ ਪੰਜਾਬ 'ਚ ਇਹ ਕਾਰੋਬਾਰ ਕਰਨ ਤੋਂ ਤੌਬਾ ਕਰ ਲਈ ਆ। ਖੇਤੀ ਮਹਿਕਮੇ ਦੇ ਛਾਪੇ ਤੋਂ ਬਾਅਦ ਡੀਲਰ ਡਰ ਗਏ ਆ ਔਰ ਆਪਣਾ ਰਿਕਾਰਡ ਵੀ ਠੀਕ ਕਰਨ ਲੱਗੇ ਆ। ਰਾਮਾ ਮੰਡੀ ਪੁਲਿਸ ਨੇ ਬੀ ਸਕੈਂਡਲ ਦੇ ਮਾਮਲੇ ਦੇ ਵਿੱਚ ਜਿਹੜਾ ਬਾਲਾ ਜੀ ਸੀਡ ਸਟੋਰ ਹੈ ਉਹਦੇ ਮਾਲਕਾਂ ਦੇ ਉੱਤੇ 420 465 ਦੇ ਤਹਿਤ ਜਿਹੜਾ ਉਹ ਮੁਕੱਦਮਾ ਦਰਜ ਕਰ ਲਿਆ। ਪੁਲਿਸ ਦੇ ਕੇਸ ਤੋਂ ਡਰਦਿਆਂ ਡੀਲਰ ਤਾਂ ਜਿਹੜਾ ਜੀ ਉਹ ਭੱਜ ਗਿਆ, ਔਰ ਇਸ ਫਰਮ ਦਾ ਨਕਲੀ ਬੀ ਪੁਲਿਸ ਨੇ ਜਿਹੜਾ ਜੀ ਉਹ ਕਬਜ਼ੇ ਦੇ ਵਿੱਚ ਜ਼ਰੂਰ ਲਿਆ। ਮਾਨਸਾ ਜ਼ਿਲ੍ਹੇ ਦੇ ਵਿੱਚ ਸੁਪਰਸੀਡ ਕੰਪਨੀ ਦੇ ਬੀ ਜਿਹੜੇ ਆ ਜੀ ਉਹ ਫੜੇ ਗਏ ਆ। ਇਹ ਕੰਪਨੀ ਦੇ ਬੀ ਪੈਕਟਾਂ ਤੇ ਕੰਪਨੀ ਦਾ ਨਾਮ ਛਾਪਣ ਦੀ ਥਾਂ JK ਕੰਪਨੀ ਦਾ ਠੱਪਾ ਜਿਹੜਾ ਜੀ ਉਹ ਲਾਇਆ ਹੋਇਆ ਸੀਗਾ। ਕੰਪਨੀ ਨੇ ਖੇਤੀ ਮਹਿਕਮੇ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਜਿਹੜਾ ਜੀ ਕਿਹਾ ਕਿ ਉਹ ਪੰਜਾਬ ਦੇ ਵਿੱਚ ਆਪਣੇ BT ਸੀਡ ਦਾ ਕਾਰੋਬਾਰ ਨਹੀਂ ਕਰਨਾ ਚਾਹੁੰਦੇ। ਗਿੱਦੜਬਾਹਾ, ਅਬੋਹਰ, ਫਾਜ਼ਿਲਕਾ, ਮਾਨਸਾ, ਬਠਿੰਡਾ ਦੇ ਵਿੱਚ ਡੀਲਰ ਜਿਹੜੇ ਆ ਜੀ ਉਹ ਕਾਫੀ ਡਰੇ ਹੋਏ ਆ। ਜਦੋਂ ਕਿ ਜਿਹੜਾ ਖੇਤੀਬਾੜੀ ਵਿਭਾਗ ਹੈ ਉਹਦੇ ਡਾਇਰੈਕਟਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਹ ਜਿਹੜੀ ਬਿਨਾਂ ਦੱਸੇ ਤੋਂ ਜਿਹੜੀ ਛਾਪੇਮਾਰੀ ਆ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗੀ ਤਾਂ ਕਿ ਨਕਲੀ ਬੀਜ ਜਿਹੜੇ ਆ ਵੇਚਣ ਵਾਲੇ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਵੇ। ਔਰ ਇਹ ਸ਼ਿਕੰਜਾ ਕਿੰਨੀ ਦੇਰ ਕੱਸਿਆ ਜਾਂਦਾ ਇਹ ਅਜੇ ਜਿਹੜਾ ਵੀ ਉਹ ਨਹੀਂ ਕਿਹਾ ਜਾ ਸਕਦਾ। ਔਰ ਜਿਹੜੇ ਉਦੋਂ ਸ਼ਿਕੰਜੇ ਦੇ ਵਿੱਚ ਆਏ ਸੀਗੇ ਜਦੋਂ ਨਕਲੀ ਦਵਾਈਆਂ ਵਾਲੇ ਸੀਗੇ ਉਹ ਵੀ ਸਾਰੇ ਨਿਕਲ ਨਿਕਲ ਗਏ ਜੀ। ਜੀ ਜੀ ਬਿਲਕੁਲ, ਸਾਰਿਆਂ ਨੂੰ ਕਲੀਨ ਚਿੱਟਾਂ ਸੀਗੀਆਂ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਕੱਲ੍ਹ ਗੱਲ ਕੀਤੀ ਸੀਗੀ ਖਾਪ ਪੰਚਾਇਤ ਦੀ, ਜਿਹੜਾ ਇੱਕ ਲੜਕੀ ਅਤੇ ਲੜਕੇ ਨੇ ਵਿਆਹ ਕਰਾਉਣਾ ਸੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਤਿੱਖੇ ਸਟੈਂਡ ਲਏ ਸੀਗੇ, ਅਤੇ ਉਸ ਪਿਆਰ ਵਿਆਹ ਦੇ ਵਿਰੋਧੀ ਅੜੀ ਛੱਡੀ ਪੰਚਾਇਤ ਨੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਹਾਲਾਂਕਿ ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਚੁੱਕਿਆ ਜੀ। ਉਹਨਾਂ ਨੇ ਚਿੱਠੀ ਇੱਕ ਮੁੱਖ ਮੰਤਰੀ ਨੂੰ ਲਿਖੀ ਆ ਕਿ ਅਜਿਹੀ ਕਾਰਵਾਈ ਕਰਨ ਵਾਲੀ ਪੰਚਾਇਤ ਜਿਹੜੀ ਆ ਉਹਨੂੰ ਭੰਗ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਇੱਕ ਪਿਰਤ ਜਿਹੜੀ ਆ ਜੀ ਉਹ ਪੈ ਜਾਊਗੀ, ਬਾਕੀ ਪੰਚਾਇਤਾਂ ਵੀ ਜਿਹੜੀਆਂ ਜੀ ਇਸੇ ਰਾਹ ਪੈ ਜਾਣਗੀਆਂ ਤੇ ਖਾਨਾ ਜੰਗੀ ਵਰਗੇ ਹਾਲਾਤ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਬਣ ਜਾਣਗੇ। ਉਹਨਾਂ ਦੀ ਚਿੱਠੀ ਦੇ ਉੱਤੇ ਅਜੇ ਕੋਈ ਪ੍ਰਤੀਕਰਮ ਜਿਹੜਾ ਜੀ ਮੁੱਖ ਮੰਤਰੀ ਜਾਂ ਸਰਕਾਰ ਦੀ ਤਰਫੋਂ ਤਾਂ ਨਹੀਂ ਆਇਆ, ਪਰ ਇੰਨਾ ਕੁ ਪਤਾ ਜਿਹੜਾ ਜੀ ਉਹ ਲੱਗ ਰਿਹਾ ਕਿ ਇਹ ਪਿੰਡ ਜਿਹੜਾ ਚੜਕੂਈਆਂ ਖੁਰਦਾ ਇਹ ਸਬ ਡਿਵੀਜ਼ਨ ਪਾਇਲ ਦੇ ਵਿੱਚ ਪੈਂਦਾ। ਇੱਥੇ ਜਿਹੜਾ ਜੀ ਪੰਚਾਇਤ ਮੈਂਬਰਾਂ ਨੇ ਤੇ ਜਿਹੜੀ ਗੁਰਦੁਆਰਾ ਕਮੇਟੀ ਆ ਤੇ ਬਾਕੀ ਜਿਹੜੇ ਨੇ ਉਹਨਾਂ ਨੇ ਪਿਆਰ ਵਿਆਹ ਦੇ ਮਾਮਲੇ ਦੇ ਵਿੱਚ ਕਾਨੂੰਨ ਦਾ ਪਾਲਣ ਕਰਨ ਦੀ ਗੱਲ ਜਿਹੜੀ ਆ ਜੀ ਹੁਣ ਕਹੀ ਆ, ਲਿਖੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਹ ਅੜੀ ਜਿਹੜੀ ਆ ਜੀ ਉਹ ਛੱਡੀ ਆ। ਉਹ ਕਹਿੰਦੇ ਆ ਕਿ ਜਿਹੜੀ ਇਹ ਲਵ ਮੈਰਿਜ ਆ ਇਹ ਕਰਾਉਣ ਵਾਲੇ ਪਿੰਡ ਦੇ ਜੋੜੇ ਦੇ ਖਿਲਾਫ ਮੁਤਬਰਾਂ ਨੇ 29 ਅਪ੍ਰੈਲ ਨੂੰ ਜਿਹੜਾ ਮਤਾ ਪਾਸ ਕਰਕੇ ਇਸ ਕਰਕੇ ਮਤਾ ਪਾਸ ਕੀਤਾ ਸੀਗਾ ਕਿ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ। ਉਹਨਾਂ ਨੇ ਉਹ ਮਤਾ ਜਿਹੜਾ ਜੀ ਵਾਪਸ ਲੈ ਲਿਆ ਅਤੇ ਕਿਹਾ ਇਹ ਕਿਹਾ ਜੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਨੇ। ਇਹਦੀ ਜਿਹੜਾ ਜੀ ਕਿਹਾ ਗਿਆ ਕਿ ਭਲਾਈ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਵੱਲ ਅਸੀਂ ਕਦਮ ਚੁੱਕਿਆ ਸੀਗਾ। ਉਹ ਕਹਿੰਦੇ ਕਿਸੇ ਦੇ ਲਵ ਮੈਰਿਜ ਦੇ ਉੱਤੇ ਤਾਂ ਕੋਈ ਇਤਰਾਜ਼ ਨੀਗਾ, ਔਰ ਪਿੰਡ ਦਾ ਇਕੱਠ ਕਰਕੇ ਇਹ ਜਿਹੜਾ ਜੀ ਕਿਹਾ ਗਿਆ ਕਿ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ, ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਜੀ ਉਹ ਬਣੀ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਤੇ DDPO ਜਿਹੜੇ ਆ ਉਹਨਾਂ ਨੇ ਸਮਝਾਇਆ ਪਿੰਡ ਵਾਸੀਆਂ ਨੂੰ ਤੇ ਜਿਹੜੀ ਦੀ ਪੰਚਾਇਤ ਨੂੰ ਕਿ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਕੋਈ ਪੰਚਾਇਤ ਫੈਸਲਾ ਨਹੀਂ ਲੈ ਸਕਦੀ। ਜਿਹੜੇ ਪਿੰਡ ਦੇ ਪਤਵੰਤੇ ਸੀਗੇ ਜੀ ਉਹਨਾਂ ਨੂੰ ਇਹ ਗੱਲ ਜਿਹੜੀ ਉਹ ਸਮਝ ਆਈ, ਫਿਰ ਉਹਨਾਂ ਨੇ ਜਿਹੜਾ ਜੀ ਪੰਚਾਇਤ ਦੇ ਵਿੱਚ ਤੇ ਮੋਹਤਬਰਾਂ ਨੇ ਬੈਠ ਕੇ ਜਿਹੜੀ ਆ ਜੀ ਇਹ ਗੱਲ ਸੁਲਝਾਈ ਕਿ ਇਹ ਮਤਾ ਵਾਪਸ ਲਿਆ ਜਾਣਾ ਹੀ ਬਿਹਤਰ ਹੈ, ਨਹੀਂ ਤਾਂ ਪਿੰਡ ਦੀ ਪੰਚਾਇਤ ਜਿਹੜੀ ਆ ਜੀ ਉਹ ਵੱਡੀ ਮੁਸ਼ਕਲ ਦੇ ਵਿੱਚ ਫਸ ਸਕਦੇ ਆ, ਖਾਸ ਤੌਰ ਦੇ ਉੱਤੇ ਕਿਉਂਕਿ ਇਹ ਜਿਹੜਾ ਮਤਾ ਸੀਗਾ ਇਹਦੇ ਉੱਤੇ ਪੰਚਾਇਤ, ਗੁਰਦੁਆਰਾ ਕਮੇਟੀ ਤੇ ਜਿਹੜੀਆਂ ਖੇਡ ਕਮੇਟੀਆਂ ਨੇ ਉਹਨਾਂ ਨੇ ਦਸਤਖਤ ਕੀਤੇ ਸੀ। ਇਹ ਸਾਰੇ ਦੇ ਸਾਰੇ ਮੁਸੀਬਤ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਸੀਗੇ, ਜਿਹਦੇ ਕਰਕੇ ਇਹ ਮਤਾ ਜਿਹੜਾ ਜੀ ਉਹ ਵਾਪਸ ਲੈ ਲਿਆ ਗਿਆ। ਆਈ ਥਿੰਕ ਠੀਕ ਆ, ਫਿਰ ਵੀ ਜਿਹੜਾ ਜੀ ਜੇ ਗਲਤੀ ਕਿਸੇ ਟਾਈਮ ਹੋਈ ਆ
ਪਿੰਡ ਤੋਂ ਤੇ ਉਹਨੇ ਮਤਾ ਜਿਹੜਾ ਉਹ ਵਾਪਸ ਲੈ ਲਿਆ। ਇਹ ਚੰਗੀ ਗੱਲ ਹੈ, ਨਹੀਂ ਤਾਂ ਅਦਰਵਾਈਜ਼ ਇਹ ਵਾਕਈ ਗੱਲ ਜਿਹੜੀ ਜੀ ਡਾਕਟਰ ਗਾਂਧੀ ਹੋਰਾਂ ਦੀ ਠੀਕ ਹੈ ਕਿ ਇਹ ਪਿਰਕ ਜਿਹੜੀ ਉਹ ਪੈ ਜਾਣੀ ਸੀ, ਤੇ ਫਿਰ ਇਹਦੇ ਨਾਲ ਇਹ ਸੀਗਾ ਕੱਲ ਨੂੰ ਕੋਈ ਹੋਰ ਪੰਚਾਇਤ ਉੱਠਦੀ ਜਿਹਨੂੰ ਇੱਕ ਕਿਸੇ ਦੇ ਨਾਲ ਕੋਈ ਦੁਸ਼ਮਣੀ ਜਾਂ ਨੇੜਲੇ ਪਿੰਡਾਂ ਦੇ ਨਾਲ ਜਾਂ ਕਿਸੇ ਪਰਿਵਾਰ ਦੇ ਨਾਲ ਉੱਥੇ ਇਹ ਚੀਜ਼ਾਂ ਜਿਹੜੀਆਂ ਜੀ ਉਹ ਵਰਤ ਹੋਣੀਆਂ ਸ਼ੁਰੂ ਹੋ ਜਾਣੀਆਂ ਸਨ। ਉਹ ਚੰਗੀ ਗੱਲ ਹੈ ਜੀ ਕਿ ਇਹਨੂੰ ਨੱਪ ਲਿਆ ਗਿਆ ਉੱਥੇ ਹੀ ਔਰ ਇਹ ਮਤਾ ਵਾਪਸ ਲੈ ਲਿਆ ਗਿਆ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।